2500 रुपया पेंशन लेने वाली एक साड़ी माता सिंगू बॉर्डर से पहले दिन तो डटी हुई है। शर्म करो जिहड़े घरां विच बैठे हो, जिहड़े इन्हां बारे गल्लां करदे हो। इस माता नूं मैं भी सलाम करदा, इस माता नूं मैं अपने चैनल वल्लों, इस माता नूं, इसदा बच्चा भी शहीद हो चुक्या। इह कहिंदी मेरा बेटा भी चलिया गया, मेरे पति देव भी चले गए ने। पढ़न गया सी, माता निकली सीगी, होस्टल च ही गुजर गया सी 4 साल पहला। कपड़े दे बेटे मैं पेंशन च लियानी आ। काली पेंशन मिलदी? ओही बुढ़ापे दी जिहड़ी मिलदी है ਉਹ 'ਚ ਲਿਆਉਣੀ ਆ। ਫਿਰ ਦੁਕਾਨਦਾਰ ਨੂੰ ਕਹਿ ਦਿੰਦੇ ਹਾਂ ਵੀ ਜਿੰਨਾ ਕੱਪੜਾ ਵਿਕ ਜੂਗਾ ਤੇਰਾ ਤੈਨੂੰ ਪੈਸੇ ਦੇ ਦੂੰਗੀ ਮੈਂ। ਹੁਣ ਮੇਰਾ ਬੇਟਾ ਵੀ ਨਹੀਂ ਹੈਗਾ, ਸਿਰ 'ਤੇ ਕੋਈ ਹੈ ਹੀ ਨਹੀਂ। ਕੈਮਰਾਮੈਨ ਨੂੰ ਬੇਨਤੀ ਕਰਦਾ ਇੱਕ ਮਾਤਾ ਜੀ ਦੇ ਹੋਰ ਦਰਸ਼ਨ ਕਰਾਉਣ। 2500 ਰੁਪਇਆ ਪੈਨਸ਼ਨ ਮਿਲਦੀ ਹੈ, ਬੇਟਾ ਵੀ ਇਹਨਾਂ ਦਾ ਇਸ ਦੁਨੀਆ ਤੋਂ ਚਲਾ ਗਿਆ ਹੈ, ਇਹਨਾਂ ਦੇ ਪਤੀ ਦੇ ਵੀ ਇਸ ਦੁਨੀਆ ਤੋਂ ਚਲੇ ਗਏ ਨੇ। ਫਿਰ ਵੀ ਸੇਵਾ ਕਰਦੇ ਨੇ, ਕਛਹਿਰੇ ਸਿਉਂਦੇ ਨੇ ਲੋਕਾਂ ਦੇ, ਕੱਪੜੇ ਸਿਉਂਦੇ ਨੇ। ਕਿਸੇ ਦਾ ਕੱਪੜਾ ਖਰਾਬ ਹੋ ਜਾਵੇ ਤਾਂ ਸਿਉਂ ਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ, ਮੈਂ ਹਰਵਿੰਦਰ ਰੋਪੜ ਤੋਂ। ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ। ਸਿੰਘੂ ਬਾਰਡਰ ਦੇ ਉੱਤੇ ਕੁਛ ਐਸੀ ਸੰਘਰਸ਼ ਯੋਧੇ ਨੇ ਜਿਹੜੇ ਪਹਿਲੇ ਦਿਨ ਤੋਂ 26 ਨਵੰਬਰ ਤੋਂ ਇੱਥੇ ਡਟੇ ਹੋਏ ਨੇ। ਉਹਨਾਂ ਦੇ ਵਿੱਚ ਬਜ਼ੁਰਗ ਨੇ, ਬੱਚੇ ਨੇ, ਸਾਡੇ ਮਾਵਾਂ ਨੇ, ਸਾਡੀਆਂ ਭੈਣਾਂ ਨੇ, ਸਾਡੇ ਧੀਆਂ ਨੇ। ਉਹਨਾਂ ਵਿੱਚੋਂ ਸਾਨੂੰ ਕੁਛ ਐਸੇ ਚਿਹਰੇ ਮਿਲੇ ਨੇ ਜਿਹੜੇ ਕਦੇ ਘਰ ਹੀ ਨਹੀਂ ਗਏ। ਮੇਰੇ ਨਾਲ ਕੀ ਨਾਂ ਜੀ ਆਪਣਾ? ਮੇਰੇ ਨਾਲ ਮਾਤਾ ਜੀ ਨੇ। ਫਰੀ ਸਿਲਾਈ ਕਰਦੇ ਨੇ, ਕਿਸੇ ਦਾ ਕੱਪੜਾ ਖਰਾਬ ਹੋ ਜਾਵੇ ਜਾਂ ਕਿਸੇ ਨੇ ਕੱਪੜਾ ਨਵਾਂ ਬਣਵਾਉਣਾ ਹੋਵੇ, ਫਰੀ ਸਿਲਾਈ ਕਰਦੇ ਨੇ। ਕੀ ਨਾਂ ਜੀ? ਮੇਰਾ ਨਾਂ ਹੈਗਾ ਮੋਣੀ ਕੌਰ। ਮੋਣੀ ਕੌਰ ਜੀ ਕਿੱਥੋਂ ਹੈ ਜੀ? ਮੈਂ ਦਿੱਲੀ ਤੋਂ ਹਾਂ ਜੀ। ਦਿੱਲੀ ਤੋਂ ਜੀ? ਗੁਰਸਿੱਖ ਨੇ ਸਾਡੇ ਮਾਤਾ ਜੀ, ਮੋਹਣੀ ਕੌਰ ਹੈ ਦਿੱਲੀ ਤੋਂ ਨੇ। ਤੇ ਤੁਸੀਂ ਕਿੰਨੀ ਦੇਰ ਤੋਂ ਇੱਥੇ ਬੈਠੇ ਹੋ? ਮੈਂ 30 ਨਵੰਬਰ ਨੂੰ ਇੱਥੇ ਆ ਗਈ ਸੀਗੀ, 4 ਦਿਨ ਬਾਅਦ ਇੱਥੇ ਆ ਗਈ ਸੀ। 3 ਦਿਨ ਪਹਿਲੇ ਦਿਨ ਤੋਂ ਬੈਠੇ ਨੇ, ਜਦੋਂ ਮੋਰਚਾ ਸ਼ੁਰੂ ਹੋ ਗਿਆ ਸੀ ਇੱਥੋਂ, ਇੱਥੇ ਹੀ ਬੈਠੇ ਨੇ। ਫਰੀ ਸਿਲਾਈ ਕਰਨੀ, ਚਾਹੇ ਕਿਸੇ ਦਾ ਕੁੜਤਾ ਫੜ ਜਾਵੇ ਜਾਂ ਕਿਸੇ ਦਾ ਕਛਹਿਰਾ ਨਵਾਂ ਸਿਉਣਾ, ਕੋਈ ਪੈਸਾ ਨਹੀਂ ਦਿੰਦੇ ਨੇ। ਤੇ ਫਿਰ ਤੁਸੀਂ ਕਿੱਥੋਂ ਅਰੇਂਜਮੈਂਟ ਕਰਦੇ ਕੱਪੜੇ ਦਾ ਜਾਂ ਸਿਲਾਈ ਦਾ ਜੀ? ਕੱਪੜੇ ਦੇ ਬੇਟੇ ਮੈਂ ਪੈਨਸ਼ਨ 'ਚ ਲਿਆਉਣੀ ਆ। ਕਾਹਦੀ ਪੈਨਸ਼ਨ ਮਿਲਦੀ ਜੀ? ਉਹੀ ਬੁਢਾਪੇ ਦੀ ਜਿਹੜੀ ਮਿਲਦੀ ਆ ਉਹ 'ਚ ਲਿਆਉਣੀ ਆ। ਫਿਰ ਦੁਕਾਨਦਾਰ ਨੂੰ ਕਹਿ ਦਿੰਦੇ ਹਾਂ ਵੀ ਜਿੰਨਾ ਕੱਪੜਾ ਵਿਕ ਜੂਗਾ ਤੇਰਾ ਤੈਨੂੰ ਪੈਸੇ ਦੇ ਦੂੰਗੀ ਮੈਂ। ਫਿਰ ਉਹ ਕੱਪੜੇ ਦੇ ਪੈਸੇ ਲੈਂਦੀ ਹਾਂ, ਪਹਿਲਾਂ ਕੱਪੜੇ ਦੇ ਵੀ ਨਹੀਂ ਲੈਂਦੀ ਸੀ, 250 ਕਿਸ਼ਹਿਰਾ ਤਾਂ ਉਹੀ ਦਿੱਤਾ ਸੀ, ਇੱਥੇ ਸਭ ਨੂੰ ਪਤਾ। ਹੁਣ ਮੇਰਾ ਬੇਟਾ ਵੀ ਨਹੀਂ ਹੈਗਾ, ਸਿਰ 'ਤੇ ਕੋਈ ਹੈ ਹੀ ਨਹੀਂ। ਬੇਟੇ ਨੂੰ ਕੀ ਹੋ ਗਿਆ ਜੀ? ਮਾਤਾ ਨਿਕਲੀ ਸੀਗੀ, ਪਤਾ ਨਹੀਂ ਕੀ ਹੋ ਗਿਆ ਸੀਗਾ, ਡੈਥ ਬੋਡੀ ਆਈ ਸੀ ਘਰ ਦੇ ਤਾਂ ਬਹੁਤ ਪਹਿਲੇ ਹੀ 84 ਤੋਂ ਬਾਅਦ ਚਲੇ ਗਏ ਸੀ। ਕਿੰਨੀ ਪੈਨਸ਼ਨ ਮਿਲ ਜਾਂਦੀ ਮਾਤਾ ਜੀ? 2500 ਮਿਲਦੀ ਪੈਨਸ਼ਨ। ਲਓ ਜੀ, ਕੈਮਰਾਮੈਨ ਨੂੰ ਬੇਨਤੀ ਕਰਦਾ ਇੱਕ ਮਾਤਾ ਜੀ ਦੇ ਹੋਰ ਦਰਸ਼ਨ ਕਰਾਉਣ। 2500 ਰੁਪਇਆ ਪੈਨਸ਼ਨ ਮਿਲਦੀ ਹੈ, ਬੇਟਾ ਵੀ ਇਹਨਾਂ ਦਾ ਇਸ ਦੁਨੀਆ ਤੋਂ ਚਲਾ ਗਿਆ ਹੈ, ਇਹਨਾਂ ਦੇ ਪਤੀ ਦੇ ਵੀ ਇਸ ਦੁਨੀਆ ਤੋਂ ਚਲੇ ਗਏ ਨੇ। ਫਿਰ ਵੀ ਸੇਵਾ ਕਰਦੇ ਨੇ, ਕਛਹਿਰੇ ਸਿਉਂਦੇ ਨੇ ਲੋਕਾਂ ਦੇ, ਕੱਪੜੇ ਸਿਉਂਦੇ ਨੇ। ਕਿਸੇ ਦਾ ਕੱਪੜਾ ਖਰਾਬ ਹੋ ਜਾਵੇ ਤਾਂ ਸਿਉਂ ਕੇ ਦਿੰਦੇ ਨੇ, ਕਿਸੇ ਨੇ ਨਵਾਂ ਸੂਟ ਸਵਾਉਣਾ ਹੋਵੇ। ਉਹ ਬਾਈ ਜੀ ਬੈਠੇ ਨੇ, ਦੇਖੋ ਕਿੰਨੇ ਕੱਪੜਿਆਂ ਦੀ ਕੈਮਰਾਮੈਨ ਦਿਖਾ ਰਿਹਾ, ਕਿੰਨੇ ਇਹ ਯੋਧੇ ਨੇ। ਇਹ ਮੋਦੀ ਨੂੰ ਅੱਤਵਾਦੀ ਲੱਗਦੇ ਨੇ? ਇਹ ਲੱਗਦੀ ਸਾਡੀ ਮਾਤਾ, ਇਹ ਮਾਤਾ ਮੋਦੀ ਨੂੰ ਅੱਤਵਾਦੀ ਲੱਗਦੀ ਹੈ? ਫਰੀ ਸਿਉਂਦੇ ਨੇ, 2500 ਰੁਪਇਆ ਪੈਨਸ਼ਨ ਹੈ, ਉਹਦੇ ਵਿੱਚ ਆਪਣਾ ਘਰ ਦਾ ਗੁਜ਼ਾਰਾ ਵੀ ਚਲਾਉਂਦੇ ਨੇ। ਕਹਿੰਦੀ ਜਦੋਂ ਪੈਸੇ ਮੇਰੇ ਕੋਲ ਆਉਂਦੇ ਨੇ ਦੇ ਜਾਂਦਾ, ਕੋਈ ਨਹੀਂ ਦਿੰਦਾ ਤਾਂ ਆਪਾਂ ਸਿਉਂਦੇ ਨੇ। ਸਿੰਘ ਸਾਹਿਬ ਤੁਸੀਂ ਖੜੇ ਹੋ ਮੇਰੇ ਨਾਲ, ਸਿੰਘ ਸਾਹਿਬ ਖੜੇ ਨੇ, ਕੀ ਕਹਿਣਾ ਇਸ ਮਾਤਾ ਜੀ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਸਿੰਘੂ ਬਾਰਡਰ ਤੇ ਬੋਲ ਰਹੇ ਹਾਂ, ਅਸੀਂ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ। ਇਹ ਮਾਤਾ ਜੀ ਇੱਥੇ ਜੋ ਸੇਵਾ ਕਰ ਰਹੇ ਨੇ ਕਛਹਿਰਿਆਂ ਦੀ, ਜਾਂ ਹੋਰ ਕੋਈ ਵੀ ਕਿਸੇ ਕਿਸਮ ਦਾ ਕੋਈ ਆ ਕੇ ਕੱਪੜੇ ਨੂੰ ਸਿਉਣ ਮਾਰਨੀ ਆ, ਜਾਂ ਹੋਰ ਵੀ ਬਹੁਤ ਸੇਵਾ ਕਰਦੇ ਨੇ, ਅਤੇ ਵਾਹਿਗੁਰੂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ, ਅਤੇ ਇੱਦਾਂ ਹੀ ਇਹ ਸੇਵਾ ਕਰਦੇ। 2500 ਰੁਪਇਆ ਪੈਨਸ਼ਨ ਹੈ ਵਿਚਾਰੀ ਦੀ, ਅਤੇ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ, ਇਹ ਹੁਣ ਇੱਕ ਚਲੋ ਇਹ ਵੀ ਦ੍ਰਿੜ ਰਾਤ, ਫਿਰ ਵੀ 2500 ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਨੇ, ਨਿਹੰਗ ਸਿੰਘ ਨੇ ਸਾਡੇ ਕੋਲ ਸੂਰਮੇ ਉਹ ਬੰਦੇ ਜਿਨ੍ਹਾਂ ਦੇ ਸਿਰ ਪਰ ਮੋਰਚਾ ਟਿਕਿਆ ਹੋਇਆ। 2500 ਰੁਪਇਆ ਪੈਨਸ਼ਨ ਲੈਣ ਵਾਲੀ ਇੱਕ ਸਾਡੀ ਮਾਤਾ ਸਿੰਘੂ ਬਾਰਡਰ 'ਤੇ ਪਹਿਲੇ ਦਿਨ ਤੋਂ ਡਟੀ ਹੋਈ ਹੈ। ਸ਼ਰਮ ਕਰੋ ਜਿਹੜੇ ਘਰਾਂ ਵਿੱਚ ਬੈਠੇ ਹੋ, ਜਿਹੜੇ ਇਹਨਾਂ ਬਾਰੇ ਗੱਲਾਂ ਕਰਦੇ ਹੋ, ਇਸ ਮਾਤਾ ਨੂੰ ਮੈਂ ਵੀ ਸਲਾਮ ਕਰਦਾ। ਸ਼ਰਮ ਕਰੋ, ਘਰਾਂ ਵਿੱਚ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਇਸ ਮਾਤਾ ਨੂੰ ਪੁੱਛੋ ਮਸ਼ੀਨ ਕਿਵੇਂ ਚੱਲਦੀ ਹੈ, ਕਿੰਨੀ ਦੇਰ 'ਚ ਬਣਦਾ ਮਾਤਾ ਕਛਹਿਰਾ? ਲੱਗ ਜਾਂਦਾ ਘੰਟਾ ਤਾਂ,
दो कशहरे बना माता दिन च फ्री। इस माता नू सलाम करो, किन्नी उम्र है घर बैठ के गल्लां करन वाले हो, किसान मोर्चिया बदनाम करने वाले लोग, इस माता नू देखो, इस माता नू देखो। आने अंग सिंह आए ने कशहरा समाउण लई, इन्होंने सेवा देनी है, कहिंदे असीं गुरसिखां सी सेवा दे के जावांगे, कुछ इन्हां नू कोई दे जांदा है बाकी फ्री है। 2500 रुपया पेंशन देने वाली एक साडी माता सिंघू बॉर्डर ते 26 नवंबर तो दो दिन बाद आ गई सी, कहिंदी ओह डटी होई है। इस माता नू मैं अपने चैनल वल्लों, इस माता नू, इसका बच्चा भी शहीद हो चुकिया, कहिंदी मेरा बेटा भी चलिया गया है, मेरे पति देव भी चले गए ने। पढ़न गया सी, माता निकली सी होस्टल च, गुजर गया सी 4 साल पहला। नहीं माता फिर सेवा करके क्या मिलता, मैं भी तेरे बेटे वर्गा क्या मिलता सेवा। बहुत खुशी मिलती है कि साढ़े शेर डटे हुए ने, असि गुरु गोबिंद सिंह की औलाद हाँ, इन्होंने निहंगा के सिर से असं बैठे हैं इतने, यही मैं सिलाई देंदे नहीं, अदरवाइज मैं किसी को सिलाई लैंती नहीं है। माता कहनी मैं इन्ना ही बथेरा भी साढ़े शेर इतने डटे हुए ने, मैं अपना बेटा भी गवा चुका है, मेरे सिर ते मेरे सिर का साई भी नहीं है। 2500 रुपया पेंशन मिलती है, डटे हुए ने, किन्ने महीने हो गए ने, 12 महीने होने वाले ने, 1 साल होने वाला है। इस माता नू सलाम है, घर बैठने वाले लोगो, गल्लां करने वाले लोगो, किसान मोर्चे नू बदनाम करने वाले वीरां नू बेनती है कि इत्थे आओ। प्राइम उहदे वल्लों मैं हरविंदर रोपड़ तो, मेरे नाल कैमरामैन संदीप कौर।